ਔਰ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੇ ਭਗਤ ਹੋਏ ਹਨ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀਆਂ ਕੁੰਜੀਆਂ ਬਾਬਾ ਦੀਪ ਸਿੰਘ ਦੀ ਝੋਲੀ ਵਿੱਚ ਪਾਈਆਂ ਨੇ। ਗੁਰੂ ਖਾਲਸਾ ਜੀ ਜਦੋਂ ਖਜ਼ਾਨੇ ਬਾਬਾ ਦੀਪ ਸਿੰਘ ਦੇ ਕੋਲ ਨੇ ਤੇ ਜਿਹਨੂੰ ਜੋ ਮਰਜ਼ੀ ਚਾਹੁਣ ਉਹ ਦੇ ਦੇ। ਇਹ ਚੁਪਹਿਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਲੱਗਦਾ ਹੈ। ਕੱਲ ਵੀ ਬੇਨਤੀ ਕੀਤੀ ਸੀ ਔਰ ਗੁਰੂ ਗ੍ਰੰਥ ਸੰਗਤਾਂ ਵੱਲੋਂ ਇਹ ਮੰਗ ਉੱਠੀ ਵੀ ਇਹ ਦੱਸਿਆ ਜਾਵੇ ਮਰਯਾਦਾ ਚੱਲੀ ਕਿੱਥੋਂ, ਕਿਵੇਂ ਪੰਥ ਦੇ ਵਿੱਚ ਆਈ। ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਇੱਕ ਪੈਰ ਰਾਤ ਰਹਿੰਦਿਆਂ ਜਾਗਦੇ ਸਨ, ਭਾਵ 3 ਵਜੇ ਸੱਚੇ ਪਾਤਸ਼ਾਹ ਜੀ ਉੱਠਦੇ ਔਰ ਇਸ਼ਨਾਨ ਪਾਨ ਕਰਕੇ ਸਮਾਧ ਸਥਿਤ ਹੁੰਦੇ, ਨਾਮ ਜਪਦੇ, ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਔਰ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਗੁਰੂ ਕੀਆਂ ਸੰਗਤਾਂ ਨੂੰ ਦਰਸ਼ਨ ਦਿੰਦੇ। ਡਾਢੇ ਪਾਤਸ਼ਾਹ ਜੀ ਅਖੀਰ ਬਿਰਤੀ ਹੁੰਦੀ ਤੇ ਅਖੀਰ ਨੂੰ ਜਾਂਦੇ ਔਰ ਨਹੀਂ ਤੇ ਧਾਮਾਂ ਸੁਧਾਮਾਂ ਦੀ ਜ਼ਿਆਰਤ ਕਰਦੇ ਔਰ ਜਦੋਂ ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਚੌਥਾ ਪਹਿਰ ਆਉਂਦਾ ਨਾ, 3 ਵਜੇ ਚੌਥੇ ਪਹਿਰ ਦਾ ਭੋਗ ਪੈਂਦਾ ਤਾਂ ਸੱਚੇ ਪਾਤਸ਼ਾਹ ਜੀ ਮੁੜ ਗੁਰੂ ਕੀਆਂ ਸੰਗਤਾਂ ਨੂੰ ਦਰਸ਼ਨ ਬਖਸ਼ਦੇ। ਪਹਿਰ ਹੁੰਦਾ ਜੇ 3 ਘੰਟਿਆਂ ਦਾ, 3 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਪਹਿਰ ਬਣਦਾ ਹੈ ਔਰ 6 ਵਜੇ ਤੋਂ ਲੈ ਕੇ 9 ਵਜੇ ਤੱਕ ਦੂਜਾ ਪਹਿਰ ਹੈ, 9 ਤੋਂ 12 ਤੀਜਾ ਪਹਿਰ ਹੈ ਔਰ 12 ਤੋਂ 3 ਇਹ ਚੌਥਾ ਪਹਿਰ ਹੈ ਔਰ ਗੁਰੂ ਖਾਲਸਾ ਜੀ ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੀ ਉਡੀਕ ਵਿੱਚ ਬੈਠ ਜਾਂਦੀਆਂ, ਗੁਰਬਾਣੀ ਪੜ੍ਹਦੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਉਣਾ ਹੈ ਦਰਸ਼ਨ ਦੇਣੇ ਨੇ ਔਰ ਗੁਰੂ ਖਾਲਸਾ ਜੀ 3 ਵਜੇ ਮਹਾਰਾਜ ਸਾਹਿਬ ਜੀ ਦੀ ਆਰਤੀ ਹੁੰਦੀ, ਗੁਰ ਪੂਜਾ ਵਿਦ ਸਹਿਤ ਕਰਨ ਔਰ ਮਹਾਰਾਜ ਦੁਖੀਆਂ ਦੇ ਦੁੱਖ ਤੋੜਦੇ। ਜਦੋਂ ਗੁਰੂ ਗਰੀਬ ਨਿਵਾਜ ਸ੍ਰੀ ਦਮਦਮਾ ਸਾਹਿਬ ਸਨ ਬਾਜਾਂ ਵਾਲੇ ਸਵਾਮੀ ਗੁਰੂ ਕਲਗੀਧਰ ਜੀ, ਉਸ ਵਕਤ ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਜੀ 2 ਟਾਈਮ ਬਾਜਾਂ ਵਾਲੇ ਨੂੰ ਸ਼ਰਦਾਈਆਂ ਛਕਾਉਂਦੇ ਸਨ, 1 ਪਹਿਲੇ ਪਹਿਰ 1 ਚੌਥੇ ਪਹਿਰ। ਪਹਿਲੇ ਪਹਿਰ ਗੁਰੂ ਖਾਲਸਾ ਜੀ ਕੋਈ 4-5 ਵਜੇ ਮਹਾਰਾਜ ਨੂੰ ਸ਼ਰਦਾਈਆਂ ਛਕਾਣੀਆਂ, ਉੱਥੇ ਦੇਗ ਸਰ ਬਣਿਆ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਔਰ ਗੁਰੂ ਖਾਲਸਾ ਜੀ ਜਦੋਂ ਫਿਰ ਚੌਥਾ ਪਹਿਰ ਪੂਰਾ ਹੋਣਾ 3 ਵਜੇ, ਉਦੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਰਦਾਈਆਂ ਛਕਾਣੀਆਂ, ਮਹਾਰਾਜ ਸਾਹਿਬ ਜੀ ਨੇ ਬਦਾਮਾਂ ਦੀਆਂ ਠੰਡੀਆਂ ਸ਼ਰਦਾਈਆਂ ਛਕ ਕੇ ਗੁਰੂ ਕੀਆਂ ਸੰਗਤਾਂ ਨੂੰ ਦਰਸ਼ਨ ਦੇਣੇ। ਗੁਰੂ ਖਾਲਸਾ ਜੀ ਫਿਰ ਜਿਹੜੀਆਂ ਗੁਰੂ ਕੀਆਂ ਸੰਗਤਾਂ ਨੇ ਮਾਲਵੇ ਤੋਂ ਮਾਝੇ ਵੱਲ ਨੂੰ ਆਉਣਾ ਹੁੰਦਾ ਨਾ, ਉਹਨਾਂ ਦੀਆਂ ਹਾਜ਼ਰੀਆਂ ਬਾਬਾ ਦੀਪ ਸਿੰਘ ਜੀ ਬਾਜਾਂ ਵਾਲੇ ਦੇ ਚਰਨਾਂ ਚ ਲਵਾਉਂਦੇ, ਦੱਸਦੇ ਵੀ ਆਹ ਫਲਾਨੇ ਪਿੰਡੋਂ ਆਇਆ ਹੈ, ਇਹਨਾਂ ਦੇ ਵੱਡੇ ਵਡੇਰਿਆਂ ਨੇ ਗੁਰੂ ਨਾਨਕ ਤੋਂ ਸਿੱਖੀ ਲਈ ਸੀ, ਆਹ ਮੰਗ ਰੱਖਦੇ ਨੇ ਕਿਰਪਾ ਕਰੋ, ਇਹ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਤੋਂ ਸਿੱਖ ਨੇ, ਆਹ ਨਵੇਂ ਸਿੱਖ ਆਏ ਨੇ ਚੱਲ ਕੇ, ਆਹ ਹਿੰਦੂ ਪਰਿਵਾਰਾਂ ਵਿੱਚੋਂ ਜੁੜੇ ਨੇ ਆਪ ਦੇ ਚਰਨਾਂ ਕਮਲਾਂ ਨਾਲ, ਆਹ ਮੁਸਲਿਮ ਪਰਿਵਾਰਾਂ ਵਿੱਚੋਂ ਆਏ ਨੇ,
ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅਤੇ ਅਰਦਾਸੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਕਰਦੇ। ਸੰਗਤਾਂ 12 ਵਜੋਂ ਤੇ ਬਹਿ ਜਾਂਦੀਆਂ, ਸ੍ਰੀ ਦਮਦਮਾ ਸਾਹਿਬ ਨਾਮ ਜਪਦੀਆਂ, ਗੁਰੂ ਗੋਬਿੰਦ ਦੀ ਮਹਿਮਾ ਕਰਦੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਬਾਜਾਂ ਵਾਲੇ ਦੇ ਦਰਸ਼ਨ ਕਰਦੇ ਨੇ ਔਰ ਬਾਬਾ ਜੀ ਨੇ ਅਰਦਾਸੇ ਕਰਾਉਣੇ ਨੇ। ਗੁਰੂ ਖਾਲਸਾ ਜੀ ਇਹ ਮਰਿਆਦਾ ਸ੍ਰੀ ਦਮਦਮਾ ਸਾਹਿਬ ਵਿਖੇ ਚੱਲਦੀ ਰਹੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਦੀ ਬੇਅਦਬੀ ਹੋਈ, ਬਾਬਾ ਜੀ ਨੇ 1761 ਈਸਵੀ ਵਿੱਚ ਆ ਕੇ ਸ਼ਹਾਦਤ ਦੇ ਜਾਮ ਪੀਤੇ ਔਰ ਜਿੱਥੇ ਬਾਬਾ ਜੀ ਦਾ ਸੰਸਕਾਰ ਹੋਇਆ ਨਾ ਉਹਨੂੰ ਸ਼ਹੀਦਾਂ ਦਾ ਸਥਾਨ ਕਹਿੰਦੇ ਨੇ, ਸ਼ਹੀਦ ਗੰਜ, ਜਿੱਥੇ ਅੱਜ ਚੁਪਹਿਰਾ ਲੱਗਦਾ ਹੈ। ਫਿਰ ਗੁਰੂ ਖਾਲਸਾ ਜੀ ਸੰਗਤਾਂ ਨੇ ਉਹ ਹੀ ਮਰਿਆਦਾ ਰੱਖੀ ਵੀ ਬਾਬਾ ਜੀ ਦੇ ਦਰ ਤੇ 3 ਵਜੇ ਜਾਣਾ, ਉਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਉਂਦੇ ਹੁੰਦੇ ਸੀ, ਹੁਣ ਵੀ ਉਹ ਅਰਦਾਸ ਕਰਾਉਣਗੇ। ਉਹ ਚੌਥੇ ਪਹਿਰ ਦਾ ਜਦੋਂ ਐ ਭੋਗ ਪੈਂਦਾ ਸੀ ਉਦੋਂ ਅਰਦਾਸੇ ਹੋਣੇ ਸ਼ੁਰੂ ਹੁੰਦੇ ਸੀ। ਉਹ ਮਰਿਆਦਾ ਗੁਰੂ ਖਾਲਸਾ ਜੀ, ਫਿਰ ਬਾਬਾ ਸੁਧਾ ਸਿੰਘ ਸਾਹਿਬ ਜੀ ਹੋਏ ਜਿਨ੍ਹਾਂ ਨੇ ਜਦੋਂ ਅਬਦਾਲੀ ਨੇ ਸਰੋਵਰ ਸਾਹਿਬ ਦੀ ਬੇਅਦਬੀ ਕੀਤੀ ਸੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਕਿਸਤਾਨ ਦੀ, ਜਿਨ੍ਹਾਂ ਨੇ ਕਾਰ ਸੇਵਾ ਕਰਾਈ ਮੁੜ। ਦੀਪ ਸਿੰਘ ਕਾਥਾ ਅਗਵਾਨੀ, ਸੁਧਾ ਸਿੰਘ ਸਰਦਾਰ ਮਹਾਨੀ, ਦਿਓ ਪੰਥ ਤਿੰਨ ਕੋ ਦਸਤਾਰਾ, ਦੀਪ ਸਿੰਘ ਕੀ ਠੌਰ ਬਿਠਾਰਾ। ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ ਜੀ ਤੋਂ ਬਾਅਦ ਅੱਗੇ ਪੰਥ ਦੇ ਵਿੱਚ ਉਹਨਾਂ ਦਾ ਨਾਮ ਉੱਭਰ ਕਰਕੇ ਆਇਆ। ਬਾਬਾ ਜੀ ਦਾ ਦਮਾਲਾ ਉਹਨਾਂ ਦੇ ਸਿਰ ਤੇ ਝੁਲਿਆ, ਉਹਨਾਂ ਨੂੰ ਤਰਨੇ ਦਲ ਦੀ ਜਥੇਦਾਰੀ ਬਖਸ਼ੀ। ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਸਥਾਨ ਦੀ ਸੇਵਾ ਕਰਵਾਈ, ਬਾਬਾ ਜੀ ਦਾ ਸ਼ਹੀਦ ਗੰਜ ਬਣਾਇਆ, ਬਾਬਾ ਦੀਪ ਸਿੰਘ ਜੀ ਦਾ, ਬਾਬਾ ਗੁਰਬਖਸ਼ ਸਿੰਘ ਜੀ ਦਾ ਸ੍ਰੀ ਅਕਾਲ ਤਖ਼ਤ ਦੇ ਪਿੱਛੇ ਸ਼ਹੀਦ ਗੰਜ ਬਣਾਇਆ ਔਰ ਸੰਗਤਾਂ ਨੂੰ ਆਖਿਆ ਇੱਥੇ ਆ ਕੇ 3 ਵਜੇ ਅਰਦਾਸਾ ਕਰਿਆ ਕਰੋ, ਬਾਬਾ ਜੀ ਦੇ ਚਰਨਾਂ ਵਿੱਚ ਨਾਮ ਜਪਿਆ ਕਰੋ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਦੇ ਖਜ਼ਾਨੇ ਦੀਆਂ ਕੁੰਜੀਆਂ ਬਾਬੇ ਦੀਪ ਸਿੰਘ ਨੂੰ ਦੇਤੀਆਂ ਜੀ, ਬਾਬਾ ਜੀ ਜਿਹੜਾ ਅਰਦਾਸਾ ਕਰਨਗੇ ਉਹ ਪੂਰਾ ਹੋਵੇਗਾ। ਉਧਰ 3 ਵਜੇ ਗੁਰੂ ਖਾਲਸਾ ਜੀ ਚਰਨ ਕਮਲ ਦੀ ਚੌਂਕੀ ਲੱਗਦੀ, ਆਰਤੀ ਹੁੰਦੀ, ਇੱਧਰ ਸੰਗਤਾਂ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਦੀਆਂ, ਬਾਬਾ ਜੀ ਆਖੋ ਗੁਰੂ ਰਾਮਦਾਸ ਸਾਹਿਬ ਜੀ ਨੂੰ, ਆਖੋ ਸੋਢੀ ਸੁਲਤਾਨ ਨੂੰ, ਆਖੋ ਬਾਜਾਂ ਵਾਲੇ ਨੂੰ ਸਾਡੇ ਕਾਰਜ ਰਾਸ ਕਰ ਦਿਓ। ਗੁਰੂ ਖਾਲਸਾ ਜੀ ਮੌਕੇ ਦੇ ਨਾਲ ਖਾਲਸੇ ਦੇ ਭੀੜ ਬਣੀ, ਕਦੇ ਮਰਿਆਦਾ ਧੀਮੀ ਹੋਈ, ਕਦੇ ਪ੍ਰਚੰਡ ਹੋਈ ਔਰ ਅੰਮ੍ਰਿਤਸਰ ਦੇ ਵਸਨੀਕ 5 ਪਾਠ ਚੌਪਈ ਸਾਹਿਬ ਦੇ, ਜਪਜੀ ਸਾਹਿਬ ਦੇ, ਸੁਖਮਣੀ ਸਾਹਿਬ ਦੇ ਕਰਕੇ ਅਰਦਾਸਾ ਕਰਦੇ ਰਹੇ ਔਰ ਅੱਜ ਗੁਰੂ ਖਾਲਸਾ ਜੀ ਜਦੋਂ ਬਹੁਤੇ ਈਸਾਈ ਭਾਈਚਾਰੇ ਵੱਲ ਤੁਰੇ, ਬਾਬਾ ਜੀ ਨੇ ਤਰੁੱਟ ਕੇ ਬਖਸ਼ਿਸ਼ਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਵੀ ਚਲਿਆ ਜਾਵੇ ਉੱਥੇ, ਕੋਈ ਮਾਈ ਭਾਈ, ਮੇਰੇ ਹਿਸਾਬ ਨਾਲ ਤੁਹਾਡੇ ਚੋਂ ਵੀ 1-2 ਹੋਣੇ ਆ ਜਿਨ੍ਹਾਂ ਦੇ ਵੀਜੇ ਚੁਪਹਿਰੇ ਤੋਂ ਬਖਸ਼ਿਸ਼ ਹੋਈ ਹੋਵੇ ਬਾਬਾ ਜੀ ਦੀ, ਲੱਗੇ ਹੋਣ, ਇਹੋ ਜਿਹੇ ਬੈਠੇ ਹੋਣੇ ਹੈ। ਉੱਥੇ ਭੀੜ ਹੈ, ਨਾਮ ਜਪਦੇ ਨੇ, ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ, ਜਪਜੀ ਸਾਹਿਬ ਦਾ ਪਾਠ ਹੁੰਦਾ ਹੈ, ਬਾਬਾ ਜੀ ਅਰਦਾਸਾ ਕਰਦੇ ਨੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ, ਸੰਗਤਾਂ ਬਾਬਾ ਜੀ ਨੂੰ ਧਿਆਉਂਦੀਆਂ ਨੇ ਔਰ ਮਨ ਦੀਆਂ ਆਸਾਂ ਭਾਵਨਾ ਪੂਰੀਆਂ ਹੁੰਦੀਆਂ ਨੇ। ਗੁਰੂ ਖਾਲਸਾ ਜੀ
ਇਹ ਚੁਪਹਿਰੇ ਦਾ ਇਤਿਹਾਸ। ਹੁਣ ਅੱਜ